ਟਿਕਟ ਤਾਂ ਸਿੱਧੂ ਮੂਸੇਵਾਲਾ ਨੂੰ ਮਿਲ ਗਈ ਸਿੱਧੂ ਮੂਸੇਵਾਲਾ ਨੂੰ ਮਿਲ ਗਈ ਇਹ ਤਾਂ ਗੱਲ ਹੀ ਕੁਛ ਨਹੀਂ ਜੀ ਜਿਵੇਂ ਇੱਕ ਗਾਇਕ ਨੇ ਬਹੁਤ ਸੋਹਣੇ ਬੋਲ ਬੋਲੇ ਨੇ ਫਿਰ ਨੀ ਤੇ ਕਿੱਕਰਾਂ ਲੱਗੀਆਂ ਨੇ ਆਪਾਂ ਬਹਿ ਕੇ ਤੁੱਕੇ ਤੋੜਾਂਗੇ ਤੂੰ ਆਪਣਾ ਸ਼ੇਰ ਲਿਆ ਚੰਨੀ ਅਸੀਂ ਬੱਕਰੀ ਬਣਾ ਕੇ ਤੋੜਾਂਗੇ ਉਹ ਤਾਂ ਗੱਲ ਹੀ ਕੁਛ ਨਹੀਂ ਬੱਕਰੀ ਬਣਾ ਕੇ ਤੋੜਾਂਗੇ ਹੁਣ ਜੇ ਉਹ 12 ਬੰਦੇ ਨੇ ਤਾਂ 12 ਚੋਂ ਇੱਕ ਨੂੰ ਟਿਕਟ ਮਿਲਣੀ ਹੈ ਮੈਨੂੰ ਕਾਬਲ ਸਮਝੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਮੈਨੂੰ ਲੱਗਦਾ ਨਹੀਂ ਵੀ ਕੋਈ ਇਹੋ ਜਿਹੀ ਰੋਸੇ ਵਾਲੀ ਗੱਲ ਹੈ ਜਿਨ੍ਹਾਂ ਨੂੰ ਪਹਿਲਾਂ ਟਿਕਟ ਮਿਲੀ ਸੀ ਅਸੀਂ ਵੀ ਉਹਨਾਂ ਦਾ ਸਮਰਥਨ ਕਰਿਆ ਸਾਡੇ ਘਰਦਿਆਂ ਨੇ ਵੋਟਾਂ ਪਾਈਆਂ ਨੇ ਸਾਰਿਆਂ ਨੇ ਵੋਟਾਂ ਪਾਈਆਂ ਨੇ ਸੋ ਮੈਨੂੰ ਲੱਗਦਾ ਨਹੀਂ ਵੀ ਕੋਈ ਅਸਤੀਫੇ ਵਾਲੀ ਜਾਂ ਕੋਈ ਨਾਰਾਜ਼ਗੀ ਵਾਲੀ ਇੱਦਾਂ ਦੀ ਗੱਲ ਹੋਣੀ ਚਾਹੀਦੀ ਹੈ ਜਦੋਂ ਜਦੋਂ ਜਿਹਦਾ ਜਿਹਦਾ ਟਾਈਮ ਆਇਆ ਸਭ ਨੂੰ ਮੌਕਾ ਮਿਲਿਆ ਦੋਸਤੋ ਅਖੀਰ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਹੁਣਾਂ ਦੀ ਟੀਮ ਵੱਲੋਂ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰਕੇ ਜਵਾਬ ਕਿਉਂ ਦਿੱਤੇ ਗਏ ਅਤੇ ਇੱਥੇ ਇਹਨਾਂ ਜਵਾਬਾਂ ਵਿੱਚ ਬੱਬੂ ਮਾਨ ਦੇ ਗਾਣੇ ਵਾਲਾ ਹਵਾਲਾ ਕਿਉਂ ਵਰਤਿਆ ਗਿਆ ਪੂਰੀ ਖਬਰ ਜਾਣਨ ਤੋਂ ਪਹਿਲਾਂ ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਸਿੱਧੂ ਮਾਨਸਾ ਤੋਂ ਐਮਐਲਏ ਦੀ ਸੀਟ ਜਿੱਤ ਸਕਦਾ ਹੈ ਤਾਂ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਲਾਈਕ ਕਰਨਾ ਨਾ ਭੁੱਲਣਾ ਅਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਜੀ ਹਾਂ ਦੋਸਤੋ ਸਿੱਧੂ ਮੂਸੇਵਾਲੇ ਦੀ ਵਿਧਾਨ ਸਭਾ ਸੀਟ ਮਾਨਸਾ ਪੂਰੀ ਤਰ੍ਹਾਂ ਹੌਟ ਸੀਟ ਬਣਦੀ ਜਾ ਰਹੀ ਹੈ ਤੇ ਸਭ ਤੋਂ ਵੱਧ ਨਜ਼ਰਾਂ ਲੋਕਾਂ ਦੀਆਂ ਇਸੇ ਸੀਟ ਤੇ ਦਿਖਾਈ ਦੇ ਰਹੀਆਂ ਹਨ ਪਹਿਲੀ ਵਾਰ ਰਾਜਨੀਤਿਕ ਪਾਰੀ ਸ਼ੁਰੂ ਕਰਨ ਜਾ ਰਹੇ ਸਿੱਧੂ ਮੂਸੇਵਾਲੇ ਨੇ ਜਿੱਥੇ ਕਾਂਗਰਸ ਪਾਰਟੀ ਦਾ ਹੱਥ ਫੜਨਾ ਸਹੀ ਸਮਝਿਆ ਉੱਥੇ ਦੂਸਰੀਆਂ ਧਿਰਾਂ ਵੀ ਪੱਬਾਂ ਭਾਰ ਹੋਈਆਂ ਬੈਠੀਆਂ ਅਸੀਂ ਇੱਥੇ ਗੱਲ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੀ ਜਿਸ ਬਾਰੇ ਕਿਹਾ ਜਾ ਰਿਹਾ ਕਿ ਇਸ ਵਾਰ ਮਾਨਸਾ ਦੀ ਸੀਟ ਤੋਂ ਵੀ ਇੱਕ ਵਾਰ ਫੇਰ ਦੁਬਾਰਾ ਵੱਡੀ ਟੱਕਰ ਦੇ ਸਕਦੀ ਹੈ ਹਾਲਾਂਕਿ ਕਾਂਗਰਸ ਵੱਲੋਂ ਇਸ ਸੀਟ ਤੋਂ ਵੱਡਾ ਚਿਹਰਾ ਮੂਸੇਵਾਲੇ ਦੇ ਰੂਪ ਵਿੱਚ ਖੜਾ ਤਾਂ ਕੀਤਾ ਪਰ ਮੁਕਾਬਲਾ ਸਖ਼ਤ ਹੋਣ ਦੀ ਉਮੀਦ ਕਹੀ ਜਾ ਰਹੀ ਹੈ ਪਰ ਇੱਥੇ ਹੁਣ ਆਮ ਆਦਮੀ ਪਾਰਟੀ ਦੇ ਹੀ ਮੈਂਬਰਾਂ ਵੱਲੋਂ ਸਿੱਧਾ ਹੀ ਮੂਸੇਵਾਲੇ ਨੂੰ ਟਾਰਗੇਟ ਕਰਕੇ ਜਵਾਬ ਦਿੱਤੇ ਜਾ ਰਹੇ ਹਨ ਕਿ ਜਿੱਤ ਸਿੱਧੂ ਦੀ ਨਹੀਂ ਹੋਣ ਦਿੱਤੀ ਜਾਵੇਗੀ ਇੱਥੇ ਬੱਬੂ ਮਾਨ ਦੇ ਇੱਕ ਗਾਣੇ ਦਾ ਹਵਾਲਾ ਦਿੰਦੇ ਹੋਏ ਆਪ ਆਗੂ ਸਿੱਧੂ ਨੂੰ ਬੱਕਰੀ ਬਣਾਉਣ ਵਾਲੀ ਗੱਲ ਦਾ ਕਹਿ ਕੇ ਜਿਸ ਤੇ ਵਿਵਾਦ ਖੜਾ ਹੋ ਰਿਹਾ ਹੈ ਸਿੱਧੂ ਮੂਸੇਵਾਲਾ ਨੂੰ ਮਿਲ ਗਈ ਸਿੱਧੂ ਮੂਸੇਵਾਲਾ ਨੂੰ ਮਿਲ ਗਈ ਇਹ ਤਾਂ ਗੱਲ ਹੀ ਕੁਛ ਨਹੀਂ ਜੀ ਜਿਵੇਂ ਇੱਕ ਗਾਇਕ ਨੇ ਬਹੁਤ ਸੋਹਣੇ ਬੋਲ ਬੋਲੇ ਨੇ ਫਿਰ ਨੀ ਤੇ ਕਿੱਕਰਾਂ ਲੱਗੀਆਂ ਨੇ ਆਪਾਂ ਬਹਿ ਕੇ ਤੁੱਕੇ ਤੋੜਾਂਗੇ ਤੂੰ ਆਪਣਾ ਸ਼ੇਰ ਲਿਆ ਚੰਨੀ ਅਸੀਂ ਬੱਕਰੀ ਬਣਾ ਕੇ ਤੋੜਾਂਗੇ ਉਹ ਤਾਂ ਗੱਲ ਹੀ ਕੁਛ ਨਹੀਂ ਬੱਕਰੀ ਬਣਾ ਕੇ ਤੋੜਾਂਗੇ ਮੂਸੇਵਾਲੇ ਦੇ ਫੈਨਸ ਅਤੇ ਸਾਥੀਆਂ ਦਾ ਕਹਿਣਾ ਕਿ ਵੋਟਾਂ ਪੈਣ ਤੋਂ ਪਹਿਲਾਂ ਇਹੋ ਜਿਹੇ ਬਿਆਨ ਕਿਸੇ ਨੂੰ ਵੀ ਨਹੀਂ ਦੇਣੇ ਚਾਹੀਦੇ ਕਿਉਂਕਿ ਕਿਸਨੇ ਜਿੱਤ ਹਾਸਲ ਕਰਨੀ ਹੈ ਕਿਸੇ ਨੂੰ ਨਹੀਂ ਪਤਾ ਤੇ ਜਿਹੋ ਜਿਹੀ ਸ਼ਬਦਾਵਲੀ ਇੱਥੇ ਵਰਤੀ ਜਾ ਰਹੀ ਹੈ ਉਸੇ ਨੂੰ ਲੈ ਕੇ ਵੀ ਕਾਫੀ ਨਾਰਾਜ਼ਗੀ ਦਿਖਾਈ ਦੇ ਰਹੀ ਹੈ ਕਿਉਂਕਿ ਸਿੱਧੂ ਨੇ ਇੱਕ ਵਾਰ ਵੀ ਭਗਵੰਤ ਮਾਨ ਹੋਣਾ ਬਾਰੇ ਗਲਤ ਨਹੀਂ ਬੋਲਿਆ ਹੁਣ ਜੇ ਉਹ 12 ਬੰਦੇ ਨੇ ਤਾਂ 12 ਚੋਂ ਇੱਕ ਨੂੰ ਟਿਕਟ ਮਿਲਣੀ ਹੈ ਮੈਨੂੰ ਕਾਬਲ ਸਮਝੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਮੈਨੂੰ ਲੱਗਦਾ ਨਹੀਂ ਵੀ ਕੋਈ ਇਹੋ ਜਿਹੀ ਰੋਸੇ ਵਾਲੀ ਗੱਲ ਹੈ ਜਿਨ੍ਹਾਂ ਨੂੰ ਪਹਿਲਾਂ ਟਿਕਟ ਮਿਲੀ ਸੀ ਅਸੀਂ ਵੀ ਉਹਨਾਂ ਦਾ ਸਮਰਥਨ ਕਰਿਆ ਸਾਡੇ ਘਰਦਿਆਂ ਨੇ ਵੋਟਾਂ ਪਾਈਆਂ ਨੇ ਸਾਰਿਆਂ ਨੇ ਵੋਟਾਂ ਪਾਈਆਂ ਨੇ ਸੋ ਮੈਨੂੰ ਲੱਗਦਾ ਨਹੀਂ ਵੀ ਕੋਈ ਅਸਤੀਫੇ ਵਾਲੀ ਜਾਂ ਕੋਈ ਨਾਰਾਜ਼ਗੀ ਵਾਲੀ ਇਦਾਂ ਦੀ ਗੱਲ ਹੋਣੀ ਚਾਹੀਦੀ ਹੈ ਜਦੋਂ ਜਦੋਂ ਜਿਹਦਾ ਜਿਹਦਾ ਟਾਈਮ ਆਇਆ ਸਭ ਨੂੰ ਮੌਕਾ ਮਿਲਿਆ ਜਿੱਥੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਵੱਲੋਂ ਸੀਐਮ ਕੈਂਡੀਡੇਟ ਬਣਾਇਆ ਗਿਆ ਹੈ ਤਾਂ ਹੋ ਸਕਦਾ ਕਿ ਕਾਂਗਰਸ ਵਿੱਚ ਸਿੱਧੂ ਨੂੰ ਵੀ ਕੋਈ ਵੱਡਾ ਅਹੁਦਾ ਮਿਲ ਜਾਵੇ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਜ਼ਰੂਰ ਸਿੱਧੂ ਮਾਨਸਾ ਦਾ ਵਿਕਾਸ ਕਰਵਾਉਣ ਵਿੱਚ ਸਭ ਤੋਂ ਸਫਲ ਸਾਬਤ ਹੋ ਸਕਦਾ ਹੈ ਤੁਹਾਡੀ ਇਸ ਬਾਰੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਣਾ ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ ਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ ਧੰਨਵਾਦ ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ